ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਜੀ ਅੱਜ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਜੇ ਤੱਕ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੁਸੀਂ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਹੋ ਤੇ ਤੁਸੀਂ ਦੇਖਦੇ ਹੋ ਕਿ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਕਣਕ ਜਾਂ ਮੈਦੇ ਤੋਂ ਬਣੀਆਂ ਹੋਈਆਂ ਹਨ ਉਹਨਾਂ ਦੇ ਜਿਹੜੇ ਰੇਟ ਹਨ ਪਹਿਲਾਂ ਨਾਲੋਂ ਜਿਹੜੇ ਕਾਫੀ ਵਧ ਚੁੱਕੇ ਹਨ ਹਾਂਜੀ ਇਹ ਬਿਲਕੁਲ ਸਹੀ ਗੱਲ ਹੈ ਇਟਲੀ ਦੇ ਵਿੱਚ ਫਿਲਹਾਲ ਜਿਹੜਾ ਇਸ ਟਾਈਮ ਇੱਕ ਤਾਂ ਜਿਹੜਾ ਰੇਟ ਹੈ ਜੀ ਪੈਟਰੋਲ ਡੀਜ਼ਲ ਤੇ ਗੈਸ ਦਾ ਰੇਟ ਵਧਿਆ ਹੈ ਤੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਜ਼ਿਆਦਾ ਅਸਰਪਿਆ ਹੈ ਜਿਹੜੀਆਂ ਕਣਕ ਜਾਂ ਇਸ ਤੋਂ ਬਣੀਆਂ ਹੋਈਆਂ ਚੀਜ਼ਾਂ ਹਨ ਉਹਨਾਂ ਦੇ ਉੱਪਰ ਇਹਦੇ ਵਿੱਚ ਜਿਹੜਾ ਮੇਨ ਕਾਰਨ ਇਹ ਹੈ ਕਿ ਕਣਕ ਜਿਹੜੀ ਬਹੁਤੀ ਜੀ ਆਪਣੇ ਇਟਲੀ ਦੇ ਵਿੱਚ ਤਕਰੀਬਨ ਜਿਹੜੀ ਰੂਸ ਤੋਂ ਇੰਪੋਰਟ ਕੀਤੀ ਜਾਂਦੀ ਜਾਂ ਯੂਕਰੇਨ ਤੋਂ ਬਾਕੀ ਦੇ ਵਿੱਚ ਵੀ ਇੱਕ ਜਿਹੜੀ ਸੌਫਟ ਵੀਟ ਹੁੰਦੀ ਹੈ ਨਰਮ ਕਣਕ ਜਿਹੜੀ ਦੀ ਵਰਤੀ ਜਾਂਦੀ ਹੈ ਜਿੱਦਾਂ ਕਿ ਬਰੈਡ ਵਗੈਰਾ ਬਣਾਉਣਾ ਹੋਵੇ ਬਿਸਕੁਟ ਬਣਾਉਣੇ ਹੋਣ ਜਾਂ ਜਿਹੜੀਆਂ ਮਿੱਠੀਆਂ ਚੀਜ਼ਾਂ ਜਿਹੜਾ ਪਾਸਤਾ ਹੈ ਜ ਉਹਦੇ ਵਾਸਤੇ ਜਿਹੜੀ ਇਸ ਕਣਕ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਸ ਕਣਕ ਦਾ ਇੱਕ ਇਹ ਵੀ ਇਸ ਟੇਮ ਪ੍ਰੋਬਲਮ ਚੱਲ ਰਹੀ ਹੈ ਕਿ ਜਿਹੜੀ ਜਿਹੜੀ ਸ਼ੋਰਟੇਜ ਇਸ ਟੇਮ ਆ ਰਹੀ ਹੈ ਤੇ ਇਹਦਾ ਜਿਹੜਾ ਰੇਟ ਹੈ ਉਹ ਇਟਲੀ ਨੂੰ ਜ਼ਿਆਦਾ ਪੇ ਕਰਨਾ ਪੈ ਰਿਹਾ ਹੈ। ਬਾਕੀ ਫਰਵਰੀ ਮਹੀਨੇ ਦੇ ਵਿੱਚ ਕੀ ਹੋਇਆ ਸੀ ਕਿ ਲੜਾਈ ਲੱਗਣ ਦੀ ਵਜ੍ਹਾ ਤੇ ਨਾਲ ਜਿਹੜਾ ਇਹਨਾਂ ਦਾ ਇੱਕ ਸ਼ਿਪ ਸੀ ਉਹ ਕਾਲੇ ਸਾਗਰ ਦੇ ਵਿੱਚ ਬਲੌਕ ਕਰ ਦਿੱਤਾ ਗਿਆ ਸੀ। ਜਿਹਦੇ ਵਿੱਚ ਕੀ ਸੌਫਟ ਵੀਟ ਜਿਹੜੀ ਲੱਦੀ ਹੋਈ ਸੀ। ਪਹਿਲਾਂ ਜਿਹੜੀ ਇਹ ਕਣਕ ਸੀ ਜੀ ਇਸ ਨੂੰ 19 ਯੂਰੋ ਇੱਕ ਕੁਆਂਟਲ ਦੇ ਹਿਸਾਬ ਦੇ ਨਾਲ ਬਾਹਰਲੇ ਦੇਸ਼ਾਂ ਤੋਂ ਖਰੀਦਿਆ ਜਾਂਦਾ ਸੀ। ਮਤਲਬ ਕਿ 19 ਯੂਰੋ ਇੱਕ ਕੁਆਂਟਲ 100 ਕਿਲੋ ਦੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪ੍ਰਤੀ ਕਿਲੋ ਤਕਰੀਬਨ 20 ਕ ਪੈਸੇ ਨੂੰ ਇਹ ਕੰਪਨੀਆਂ ਨੂੰ ਇਟਲੀ ਦੇ ਵਿੱਚ ਪੈਂਦੀ ਸੀ ਹੁਣ ਜਿਹੜੇ ਨਵੇਂ ਰੇਟ ਜਿੱਦਾਂ ਕੀ ਮਿਲ ਰਹੇ ਹਨ ਜਿਹੜੇ ਹੁਣ 44 ਯੂਰੋ ਨੂੰ ਇੱਕ ਕਵਾਂਟਲ ਜਿਹੜੀ ਕਣਕ ਹੈ ਸੌਫਟ ਕਣਕ ਜਿਹੜੀ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ 2.5 ਗੁਣਾ ਜਿਹੜੀਆਂ ਕੰਪਨੀਆਂ ਹੈ ਵਾਧੂ ਪੇ ਕਰ ਰਹੀਆਂ ਹਨ ਤੇ ਜਿਹੜੇ ਕੰਜ਼ਿਊਮਰ ਹੋਣਗੇ ਜਦੋਂ ਮਾਰਕੀਟ ਦੇ ਵਿੱਚ ਆਪਾਂ ਕੋਈ ਚੀਜ਼ਾਂ ਖਰੀਦਦੇ ਹਾਂ ਕਣਕ ਤੋਂ ਬਣੀਆਂ ਤੇ ਆਪਾਂ ਨੂੰ ਵੀ ਜਿਹੜਾ ਰੇਟ ਇਸ ਕਰਕੇ ਵਾਧੂ ਦੇਣਾ ਪੇ ਰਿਹਾ ਹੈ ਇਹਦੇ ਵੀ ਦੱਸਿਆ ਗਿਆ ਹੈ ਕਿ ਜੇ ਆਪਾਂ ਪਹਿਲਾਂ 100 ਯੂਰੋ ਕਣਕ ਦੇ ਉੱ ਤੇ ਜਿਹੜਾ 31% ਰੇਟ ਜਿਹੜਾ ਨੀਜ਼ੂਬਰ ਨੂੰ ਵਾਧੂ ਪੇ ਕਰਨਾ ਪੈ ਰਿਹਾ ਮਤਲਬ 131% ਇਸ ਤੋਂ ਇਲਾਵਾ ਜਿਹੜਾ ਅਮਰੀਕਾ ਤੋਂ ਵੀ ਕਣ ਖਰੀਦੀ ਜਾ ਰਹੀ ਹੈ ਆਸਟ੍ਰੇਲੀਆ ਤੋਂ ਵੀ ਖਰੀਦੀ ਜਾ ਰਹੀ ਹੈ ਤੇ ਫਰਾਂਸ ਤੋਂ ਵੀ ਖਰੀਦੀ ਜਾ ਰਹੀ ਹੈ ਤੇ ਉਹ ਤਕਰੀਬਨ ਜਿਹੜੀ 54 ਯੂਰੋ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਪੈ ਰਹੀ ਹੈ ਤੇ ਪਿਛਲੇ 30 ਸਾਲਾਂ ਤੋਂ ਜਿਹੜੀ ਕਣ ਕਿਸਟਾਰਾ ਮੀਟਲੀ ਦੇ ਵਿੱਚ ਆ ਰਹੀ ਹੈ ਬਾਕੀ ਹੁਣ ਦੇਖ ਲਈਏ ਕਿਟਲੀ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਜਿਹੜੀ ਕਿੰਨੀ ਇੱਕ ਕਮਾਈ ਹੋ ਰਹੀ ਹੈ ਜਿਹੜੇ ਆਪਰਾਪਰਾਇਕ ਕਮੈਂਟ ਆਈ ਹੈ ਵੀਰ ਦੇ ਉਹਨਾਂ ਨੇ ਦੱਸਿਆ ਹੈ ਕਿ ਤਿੰਨੋਂ ਇਸੀ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਕਮੈਂਟ ਕੀਤੇ ਗਏ ਨੇ ਅਵਤਾਰ ਸਿੰਘ ਜੀ ਲਿਖਦੇ ਹਨ ਕਿ 8 ਯੂਰੋ ਤੇ 70 ਸੈਂਟ ਜਿਹੜੇ ਕਰਮੂਨਾ ਵਿੱਚੋਂ ਲੈ ਰਹੇ ਹਨ ਤੇ ਦੀਪ ਸਿੰਘ ਜੀ ਲਿਖਦੇ ਹਨ ਕਿ 13 ਯੂਰੋ ਤੇ 50 ਸੈਂਟ ਅਨਕੁਨਾਂ ਦੇ ਵਿੱਚੋਂ ਪ੍ਰਾਪਤ ਕਰ ਰਹੇ ਹਨ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਲਖਵੀਰ ਸੰਧੂ ਲਿਖ ਰਹੇ ਹਨ ਕਿ 8 ਯੂਰੋ ਤੇ 81 ਸੈਂਟ ਮਾਨਤੋਵਾ ਦੇ ਵਿੱਚ ਇਸੇ ਤਰ੍ਹਾਂ ਜੱਟ ਵੈਲੀ ਜਿਹੜਾ ਇੱਕ ਚੈਨਲ ਹੈ ਜੀ ਉਹਨਾਂ ਨੇ ਦੱਸਿਆ ਹੈ ਕਿ ਉਹ ਰੈਸਟੋਰੈਂਟ ਦੇ ਵਿੱਚ 50 ਯੂਰੋ ਦਿੰਦੇ ਹਨ 12 ਘੰਟੇ ਦੇ ਤੁਸੀਂ ਦੇਖ ਸਕਦੇ ਹੋ ਕਿ ਜਸਕੋਰ ਜਿਹੜੇ ਹਨ ਜਿਉਂ ਉਨ੍ਹਾਂ ਨੇ ਦੱਸਿਆ ਹੈ ਕਿ 5 ਯੂਰੋ ਉਹਨਾਂ ਦੇ ਹਸਪਿੰਡ ਨੂੰ ਮਿਲਦੇ ਹਨ ਇਸੇ ਤਰ੍ਹਾਂ ਕੁਲਵਿੰਦਰ ਸੋਨੂ 123 ਨੇ ਦੱਸਿਆ ਹੈ ਕਿ 5 ਯੂਰੋ ਕਲਦੇਰ ਉਹਦੇ ਵਿੱਚ ਮਿਲਦੇ ਹਨ ਚਰਨਜੀਤ ਸਿੰਘ ਦੱਸਦੇ ਹਨ ਕਿ 5 ਯੂਰੋ ਰਿਜੋ ਕਲਾਬਰੀਆ ਤੇ ਇਸ ਤੋਂ ਇਲਾਵਾ ਮਿਲਾਨ ਦੇ ਵਿੱਚ ਇੱਕ ਮੁਹੰਮਦ ਅਮੀਰ ਸਾਹਿਬ ਦੱਸਦੇ ਹਨ ਕਿ 8.5 ਯੂਰੋ ਪ੍ਰਤੀ ਘੰਟੇ ਦੇ ਉਹਨਾਂ ਨੂੰ ਮਿਲਦੇ ਹਨ ਸਾਡੇ ਨਵੇਂ ਵੀਰ ਜਿਹੜੇ ਹਨ ਜੀ ਲਖਵਿੰਦਰ ਸਿੰਘ ਉਹ ਦੱਸਦੇ ਹਨ ਕਿ 13 ਯੂਰੋ ਤੇ 68 ਸੈਂਟੋ ਜਿਹੜਾ ਲੱਕਾ ਪਿੰਡ ਦਾ ਨਾਨਾ ਬਿਰਵੀ ਨੀਰ ਜੋ ਮਿਲਿਆ ਦੇ ਵਿੱਚ ਉੱਥੇ ਇੰਨਾ ਪ੍ਰਾਪਤ ਕਰ ਰਹੇ ਹਨ ਇਸ ਤੋਂ ਇਲਾਵਾ ਸਿਮਰਨ ਜੋਤ ਜੀ ਦੱਸਦੇ ਨੇ ਕਿ 7.7 ਯੂਰੋ ਉਮਰ ਜਾਨ ਜਿਹੜੇ 8 ਯੂਰੋ ਅਨਕੁਨਾਂ ਦੇ ਵਿੱਚ ਮਨਪ੍ਰੀਤ ਸਿੰਘ 8 ਯੂਰੋ ਬੁਲਜਾਨੋ ਦੇ ਵਿੱਚ ਆਰ ਐਂਡ ਐਲ ਜਿਹੜੇ ਹਨ 8 ਯੂਰੋ 84 ਸੈਂਟ ਦੱਸਦੇ ਹਨ ਇਹ ਸਾਰੇ ਜਿਹੜੇ ਤੁਹਾਨੂੰ ਅਸੀਂ ਰੇਟ ਦੱਸ ਰਹੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਅਮਰਜੀਤ ਡੋਡ ਹਨ ਜੀ 8 ਯੂਰੋ ਤੇ 50 ਸੈਂਟ ਜੋ ਮਿਲਿਆ ਦੇ ਵਿੱਚ ਕੁਮਾਰ ਵੀ ਜੇ ਕਹਿੰਦੇ ਹਨ ਕਿ 1200 ਯੂਰੋ ਫਰਾਂਸ ਮਤਲਬ ਇਹ ਮੰਥਲੀ ਉਹਨਾਂ ਨੇ ਦੱਸਿਆ ਕਿ 1200 ਯੂਰੋ ਤੇ 9 ਯੂਰੋ ਪੈਂਸ ਵਿੱਚ 10 ਯੂਰੋ ਹੈ ਜੀ ਜਿਹੜੇ ਕੁਲਦੀਪ ਛੱਥਾ ਇਹ 9 ਐਰੋ ਪੈਂਸ ਵਿੱਚ ਇਹਨਾਂ ਨੇ ਦੱਸੇ ਹਨ ਸ਼ਾਇਦ ਨਾਮ ਬੁਲਣ ਦੇ ਵਿੱਚ ਤੁਹਾਨੂੰ ਥੋੜੀ ਗਲਤੀ ਲੱਗ ਸਕਦੀ ਹੈ ਅਗਲੇ ਹਨ ਜੀ ਅਰਵਿੰਦਰ ਸਿੰਘ 10 ਯੂਰੋ 1 ਘੰਟੇ ਦੇ ਇਹਨਾਂ ਨੇ ਦੱਸਿਆ ਹੈ 800 ਦੇ ਵਿੱਚ ਤੇ ਲਾਸਟ ਵਿੱਚ ਇੱਕ ਮਿੰਟ ਹੈ ਜੀ ਅਮਰੀਕ ਸਿੰਘ 9 ਯੂਰੋ ਬਰੋਨਾਂ ਦੇ ਵਿੱਚ ਹੁਣ ਇਹਦੇ ਨਾਲ ਸਾਡੇ ਸਾਰੇ ਵੀਰਾਂ ਨੂੰ ਜਿਹੜੇ ਇਟਲੀ ਵਿੱਚ ਚੈਨਲ ਦੇਖਦੇ ਹਨ ਇੱਕ ਆਈਡੀਆ ਤੁਹਾਨੂੰ ਮਿਲ ਗਿਆ ਹੋਵੇਗਾ ਕਿ ਜਿਹੜਾ ਰੇਟ ਕਿੰਨਾ ਕੁ ਚੱਲ ਰਿਹਾ ਹੈ ਬਾਕੀ ਗੱਲ ਕਰ ਰਹੀ ਹੈ ਯੂਕਰੇਨ ਉਰੂਸ ਦੀ ਤਕਰੀਬਨ ਜਿਹੜੇ 79 ਦਿਨ ਹੋ ਚੁੱਕੇ ਹਨ ਲੜਾਈ ਚੱਲਦੀ ਨੂੰ ਤਾਂ ਕਿ 80 ਦਿਨ ਹੋਣ ਵਾਲੇ ਹਨ ਨਤੀਜਾ ਜਿਹੜਾ ਕੁਝ ਵੀ ਨਹੀਂ ਨਿਕਲਿਆ ਤੇ ਯੂਕਰੇਨ ਦੇ ਵੀ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਇੱਕ ਜਿਹੜਾ ਨਵਾਂ ਬਿਆਨ ਚਾਈਨਾ ਦਾ ਸਾਹਮਣੇ ਆਇਆ ਉਸਨੇ ਕਿਹਾ ਹੈ ਕਿ ਜਿਹੜਾ ਬਿਡਨ ਸਾਹਿਬ ਹਨ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਹਨ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਪੁਤਨ ਨੂੰ ਵੀ ਬੁਲਾਉਣ ਤੇ ਦੂਜੇ ਪਾਸੇ ਜਿਹੜੇ ਜ਼ੇਲੈਂਸਕੀ ਹਨ ਇਹਨਾਂ ਨੂੰ ਵੀ ਬੁਲਾਉਣ ਤੇ ਇੱਕ ਟੇਬਲ ਦੇ ਉੱਤੇ ਬਿਠਾ ਕੇ ਜਿਹੜੀ ਅਮਰੀਕਾ ਦੇ ਸਾਹਮਣੇ ਇਹਨਾਂ ਦੇ ਨਾਲ ਜਿਹ ਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਕ੍ਰੀਮੀਆ ਹੈ ਜੀ ਉਹ ਯਰੂਸ਼ਲਮ ਦਾ ਇੱਕ ਹਿੱਸਾ ਤਾਂ ਨਹੀਂ ਸੀ ਪਰੰਤੂ ਫਿਲਹਾਲ ਜਿਹੜਾ ਹੈ ਜਿਸ ਨੂੰ ਇੱਕ ਪਾਸੇ ਛੱਡ ਦੇਣਾ ਚਾਹੀਦਾ ਹੈ ਬਾਕੀ ਦੇ ਨਾਲ ਹੀ ਜਿਹੜੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਾਹਿਬ ਹਨ ਉਹਨਾਂ ਦਾ ਵੀ ਇਹ ਬਿਆਨ ਆਇਆ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਸਾਰਿਆਂ ਨੂੰ ਇੱਕ ਟੇਬਲ ਦੇ ਉੱਤੇ ਬੈਠਣਾ ਚਾਹੀਦਾ ਹੈ ਜਿਹੜੇ ਬਿਡਨ ਹਨ ਉਹਨਾਂ ਨੂੰ ਕਾਲ ਕਰਨੀ ਚਾਹੀਦੀ ਹੈ ਪੂਤਨ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਾਹਿਬ ਦਾ ਜਿਹੜਾ ਬਿਆਨ ਹੈ ਜੀ ਬਹੁਤ ਵਧੀਆ ਹੈ ਤੇ ਪੂਰੀ ਦੁਨੀਆ ਦੇ ਵਾਸਤੇ ਇੱਕ ਵਧੀਆ ਖਬਰ ਹੈ ਜੇ ਸਾਰੇ ਜਿਹੜੇ ਪੋਲੀਟੀਕਲ ਲੀਡਰ ਇਸ ਤਰ੍ਹਾਂ ਦੇ ਨਾਲ ਪਹਿ ਤੇ ਰੂਸ ਮਜਬੂਰ ਹੋ ਜਾਵੇਗਾ ਇੱਕ ਟੇਬਲ ਦੇ ਉੱਤੇ ਆ ਕੇ ਗੱਲਬਾਤ ਕਰਨ ਦੇ ਵਾਸਤੇ ਬਾਕੀ ਅਗਰ ਗੱਲਬਾਤ ਦੇ ਨਾਲੇ ਜਿਹੜਾ ਮਸਲਾ ਹੱਲ ਹੁੰਦਾ ਤੇ ਇਹਦੇ ਵਿੱਚ ਫਾਇਦਾ ਜਿਹੜਾ ਸਾਰਿਆਂ ਦਾ ਹੀ ਹੋਵੇਗਾ ਤੁਹਾਡਾ ਫਾਇਦਾ ਵੀ ਹੋਵੇਗਾ ਸਾਡਾ ਵੀ ਹੋਵੇਗਾ ਕਿਉਂਕਿ ਸਾਰਿਆਂ ਦੇ ਰਹਿਣ ਦੇ ਵਾਸਤੇ ਜਿਹੜੀ ਰੱਬ ਨੇ ਧਰਤੀ ਇੱਕ ਹੀ ਬਣਾਈ ਹੋਈ ਹੈ ਜੇ ਇਹ ਧਰਤੀ ਕਿਸੇ ਦੀ ਗਲਤੀ ਨਾਲ ਅਗਰੇ ਇਸ ਤਰ੍ਹਾਂ ਨੁਕਸਾਨ ਹੁੰਦਾ ਹੈ ਤਾਂ ਨੁਕਸਾਨ ਫਿਰ ਸਾਰਿਆਂ ਦਾ ਹੀ ਹੋਵੇਗਾ ਜੋ ਵੀ ਲੋਕ ਇਸ ਧਰਤੀ ਦੇ ਉੱਤੇ ਰਹਿ ਰਹੇ ਹਨ ਨੈਕਸਟ ਖਬਰ ਤੁਸੀਂ ਕੁਝ ਸਮਾਂ ਪਹਿਲਾਂ ਸੁਣਿਆ ਸੀ ਕਿ ਯੂਕਰੇਨ ਨੇ ਇੱਕ ਅਰਜੀ ਦਿੱਤੀ ਸੀ ਅਪਲੀਕੇਸ਼ਨ ਦਿੱਤੀ ਸੀ ਤਾਂ ਕਿ ਜਿਹੜਾ ਉਸ ਨੂੰ ਯੂਰਪੀਅਨ ਯੂਨੀਅਨ ਦਾ ਜਿਹੜਾ ਮੈਂਬਰ ਬਣਾਇਆ ਜਾਂਦਾ ਹੈ ਜੇ ਵੀ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਜਿਹੜੀ ਉਸਨੂੰ ਦਿੱਤੀ ਜਾਵੇ ਯੂਰਪ ਦਾ ਇੱਕ ਭਾਗ ਯੂਕਰੇਨ ਨੂੰ ਸਮਝਿਆ ਜਾਵੇ ਤੇ ਬਹੁਤੇ ਲੋਕਾਂ ਨੇ ਸੋਚਿਆ ਸੀ ਕਿ ਸ਼ਾਇਦ ਜਿਹੜਾ ਯੂਕਰੇਨ ਹੈ ਯੂਰਪ ਦਾ ਇੱਕ ਬਣ ਚੁੱਕਾ ਹੈ ਇੱਕ ਮੈਂਬਰ ਪਰੰਤੂ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਕੋਈ ਵੀ ਕੰਮ ਹੁੰਦਾ ਹੈ ਜੀ ਏਡੀ ਛੇਤੀ ਨਹੀਂ ਹੁੰਦਾ ਹੁਣ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਉਹਨਾਂ ਦਾ ਇੱਕ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਕੀਵ ਹੈ ਜੇ ਇਹ ਯੂਰਪੀਅਨ ਯੂਨੀਅਨ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਤੇ ਇਹਦੇ ਵਾਸਤੇ ਅਸੀਂ ਕੀ ਕਰਾਂਗੇ ਕਿ ਡਿਸਕ ਜਿਹੜੀ ਕਿ ਜੂਨ ਦੀ ਸਮਿਟ ਦੇ ਵਿੱਚ ਜਿਹਦੇ ਬਾਰੇ ਗੱਲਬਾਤ ਕੀਤੀ ਜਾਵੇਗੀ ਉਹਨਾਂ ਨੇ ਮੌਲੇ ਇਸ ਗੱਲ ਨੂੰ ਇੱਕ ਮਹੀਨਾ ਹੋਰ ਅੱਗੇ ਟਾਲ ਦਿੱਤਾ ਹੈ ਜੂਨ ਦੇ ਵਿੱਚ ਉਹ ਕਹਿੰਦੇ ਨੇ ਕਿ ਗੱਲਬਾਤ ਕਰਾਂਗੇ ਉਹਦੇ ਵਿੱਚ ਜਿਹੜੀ ਯੂਕਰੇਨ ਦੀ ਰਿਕੁਐਸਟ ਹੋਏਗੀ ਉਹਦੇ ਉੱਤੇ ਜਿਹੜੇ ਵਿਚਾਰ ਵੋਟਾਂਦਰਾ ਕੀਤਾ ਜਾਵੇਗਾ ਯੂਰੋਪੀਅਨ ਕੌਂਸਲ ਦੇ ਵਿੱਚ ਜਿਹੜੀ ਹੈ ਜੀ ਨੈਕਸਟ ਜੂਨ ਦੇ ਵਿੱਚ ਇਹਦੇ ਬਾਰੇ ਜਿਹੜੀ ਗੱਲਬਾਤ ਕੀਤੀ ਜਾਵੇਗੀ ਵੱਡੇ ਵੱਡੇ ਲੀਡਰ ਇਸੇ ਵਿੱਚ ਜਿਹੜੇ ਹਿੱਸਾ ਲੈਣਗੇ ਬਾਕੀ ਜਿੱਦਾਂ ਕਿ ਦੋ ਦੇਸ਼ ਜਿਹੜੇ ਪੋਲੈਂਡ ਤੇ ਫਿਨਲੈਂਡ ਇਸ ਟਾਈਮ ਜਿਹੜੇ ਜਿੱਦ ਕਰਕੇ ਬੈਠੇ ਹੋਣ ਕਿ ਉਹ ਨਾਟੋ ਦੇ ਮੈਂਬਰ ਬਣਨਾ ਚਾਹੁੰਦੇ ਤੇ ਦੂਜੇ ਪਾਸੇ ਇਹਨਾਂ ਦਾ ਜਿਹੜਾ ਬਾਰਡਰ ਹੈ ਜੀ ਰੂਸ ਦੇ ਨਾਲ ਲੱਗਦਾ ਹੈ ਤੇ ਰੂਸ ਜਿਹੜਾ ਹੈ ਜੀ ਹੋਰ ਖਫਾ ਹੋਏਗਾ। ਬਾਕੀ ਇਹਦੇ ਵਿੱਚ ਫਿਲਹਾਲ ਜਿਹੜਾ ਇਸ ਟਾਈਮ ਕੁਝ ਵੀ ਕਹਿਣਾ ਮੁਸ਼ਕਲ ਹੋਏਗਾ ਕਿਉਂਕਿ ਰੂਸ ਜਿਹੜੀ ਪੂਰੀ ਕੋਸ਼ਿਸ਼ ਕਰੇਗਾ ਕਿ ਇਹ ਕੰਮ ਨਾ ਹੋਵੇ। ਤੇ ਅਮਰੀਕਾ ਕੋਸ਼ਿਸ਼ ਕਰੇਗਾ ਕਿ ਦੋਨੋਂ ਦੇਸ਼ ਜਿਹੜੇ ਹਨ ਨਾਟੋ ਦੇ ਵਿੱਚ ਆ ਜਾਣ ਤੇ ਦੂਜੇ ਪਾਸੇ ਜਿਹੜਾ ਯੂਕਰੇਨ ਹੈ ਜੀ ਉਸ ਨੂੰ ਵੀ ਹੌਲੀ-ਹੌਲੀ ਲਿਆ ਸਕਦੇ ਹਨ। ਫਿਲਹਾਲ ਉਹਨਾਂ ਨੇ ਯੂਕਰੇਨ ਨੂੰ ਨਾਟੋ ਦੇ ਵਿੱਚ ਲੈਣ ਤੋਂ ਜਿੱਦਾਂ ਕੀ ਇਨਕਾਰ ਕਰ ਦਿੱਤਾ ਹੈ। ਬਾਕੀ ਫਿਲਹਾਲ ਜਿਹੜਾ ਇਹਦੇ ਬਾਰੇ ਕੁਝ ਵੀ ਕਹਿਣਾ ਮਤਲਬ ਜਲਦਬਾਜ਼ੀ ਹੋਵੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਕਿ ਕਿਹਦਾ ਪਾਸਾ ਪਾਰਾ ਪੈਂਦਾ ਹੈ। ਬਾਕੀ ਜਿਸੇਪੇ ਕੌੰਤੇ ਜਿਹੜੇ ਕੀ ਇਤਲੀ ਦੇ ਵਿੱਚ ਪਹਿਲਾਂ ਪ੍ਰਧਾਨ ਮੰਤਰੀ ਰਹੇ ਚੁੱਕੇ ਹਨ ਤੇ ਤੁਸੀਂ ਸ਼ਾਇਦ ਉਹਨਾਂ ਨੂੰ ਚੰਗੀ ਤਰ੍ਹਾਂ ਫੇਸ ਤੋਂ ਵੀ ਉਹਨਾਂ ਦੇ ਵਕਫ ਹੋਵਗੇ। ਉਹਨਾਂ ਨੇ ਇੱਕ ਜਿਹੜਾ ਨਵਾਂ ਬਿਆਨ ਦਿੱਤਾ ਹੈ ਬਹੁਤ ਜਿਹੜਾ ਵਧੀਆ ਬਿਆਨ ਹੈ ਜੀ। ਹੋ ਸਕਦਾ ਕੁਝ ਲੋਕਾਂ ਨੂੰ ਬਿਆਨ ਚੰਗਾ ਵੀ ਲੱਗੇ ਤੇ ਕੁਝ ਜਿਹੜੇ ਲੋਕਾਂ ਨੂੰ ਉਹ ਕਹਿਣ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਚੰਗੀ ਗੱਲ ਨਹੀਂ ਕਹੀ। ਇਹਦੇ ਵਿੱਚ ਕੌੰਤੇ ਸਾਰੇ ਕਹਿ ਰਹੇ ਹਨ ਕਿ ਯੂਕਰੇਨ ਦੇ ਕੋਲ ਇਸ ਟਾਈਮ ਜਿਹੜੇ ਕਾਫੀ ਹਥਿਆਰ ਹਨ। ਲੜਾਈ ਕਰਨ ਦੇ ਵਾਸਤੇ ਜਿਹੜੀ ਜਿੰਨੇ ਕਿ ਹਥਿਆਰ ਚਾਹੀਦੇ ਹਨ ਉਹਨੇ ਕੁਝ ਦੇ ਕੁਲ ਹਨ ਤੇ ਇਟਲੀ ਨੂੰ ਜਿਹੜੇ ਉੱਥੇ ਕੋਈ ਵੀ ਹਥਿਆਰ ਵਗੈਰਾ ਨਹੀਂ ਭੇਜਣੇ ਚਾਹੀਦੇ ਤੇ ਇਟਲੀ ਨੂੰ ਜਿਹੜੀ ਤਰੰਤ ਇਸ ਦੇ ਉੱਤੇ ਰੋਕ ਲਗਾ ਦੇਣੀ ਚਾਹੀਦੀ ਹੈ ਇੱਥੇ ਤੁਹਾਨੂੰ ਵੀ ਦੱਸਦੀ ਕਿ 5 ਸਟਾਰ ਮੂਵਮੈਂਟ ਜਿਹੜੀ ਪਾਰਟੀ ਹੈ ਜੀ ਇਸ ਦੇ ਇਹ ਲੀਡਰ ਹਨ ਜੀ ਜਿਪੀ ਕੋਨਤੇ ਤੇ ਇਟਲੀ ਦੇ ਵਿੱਚ ਪਹਿਲਾ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਤੇ ਵੀ ਰਹਿ ਚੁੱਕੇ ਹਨ ਜਿਹੜੀ ਇਹਨਾਂ ਦੀ ਇੱਕ ਸ਼ਬੀ ਹੈ ਜੀ ਇੱਕ ਬਹੁਤ ਹੀ ਇਮਾਨਦਾਰ ਤੇ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਜਿੱਦਾਂ ਸੈਂਡਸ਼ੀਲ ਬੰਦੇ ਦੇ ਤੌਰ ਤੇ ਇਹਨਾਂ ਨੂੰ ਦੇਖਿਆ ਜਾਂਦਾ ਹੈ ਤੇ ਜਿਹੜਾ ਇਹਨਾਂ ਦਾ ਬਿਆਨ ਵੀ ਬਿਲਕੁਲ ਇਸੇ ਤਰ੍ਹਾਂ ਦਾ ਆਇਆ ਇਹਨਾਂ ਨੇ ਕਿਹਾ ਕਿ ਜਿਹੜੀ ਇਸ ਟਾਈਮ ਸ਼ਾਂਤੀ ਦੀ ਸਾਨੂੰ ਲੋੜ ਹੈ ਅਗਰ ਆਪਾਂ ਹਥਿਆਰ ਭੇਜਾਂਗੇ ਤੇ ਇਹਦੇ ਨਾਲ ਜਿਹੜੀ ਸ਼ਾਂਤੀ ਹੋਣ ਦੀ ਸੰਭਾਵਨਾ ਘਟਦੀ ਹੈ ਬਾਕੀ ਹੁਣ ਲਾਸਟ ਵਿੱਚ ਦੇਖ ਲਈਏ ਕੇਸ ਕਿੰਨੇ ਕੇਟਲੀ ਦੇ ਵਿੱਚ ਆਏ 38317 ਕੇਸ ਆਏ ਅਤੇ 130 ਲੋਕਾਂ ਦੀ ਡੈਥ ਹੋਈ ਹੈ ਬਾਕੀ WHO ਦੇ ਵੱਲੋਂ ਕਿਹਾ ਹੈ ਕਿ ਹੁਣ ਤੱਕ ਪੂਰੇ ਯੂਰਪ ਦੇ ਵਿੱਚ ਤਕਰੀਬਨ 20 ਲੱਖ ਲੋਕਾਂ ਦੀ ਜਿਹੜੀ ਮੌਤ ਇਸ ਬਿਮਾਰੀ ਦੀ ਵਜ੍ਹਾ ਦੇ ਨਾਲ ਹੋ ਚੁੱਕੀ ਹੈ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਜੀ ਕਿ ਜਿਹੜੇ 39317 ਕੇਸ ਆਏ ਹਨ ਇੱਕ ਦਿਨ ਦੇ ਵਿੱਚ ਤੇ ਜਿਹੜੇ ਲੋਕ ਠੀਕ ਹੋਏ ਨੇ ਇਹਨਾਂ ਦੀ ਗਿਣਤੀ ਹੈ ਜੀ 61866 ਨੈਕਸਟ ਕਵਰ ਜਿਹੜੀ ਆਪਣੀ ਪਲੇਰਮੋ ਦੇ ਨਾਲ ਸਬੰਧਤ ਇਹਦੇ ਵਿੱਚ ਕੀ ਹੋਇਆ ਕਿ ਇੱਕ 16 ਸਾਲ ਦਾ ਲੜਕਾ ਜਿਹੜਾ ਕਿ ਤਕਰੀਬਨ ਆਪਣੇ ਜਿੱਦਾਂ ਕਿ ਕਹਿ ਸਕਦੇ ਆ ਕਿ ਆਪਣੀ ਛੱਤ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਬਿਲਡਿੰਗ ਦੀ ਛੱਤ ਦੇ ਉੱਤੇ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਪਰੰਤੂ ਕੀ ਹੁੰਦਾ ਹੈ ਕਿ ਉੱਥੋਂ ਉਹ ਡਿੱਗਦਾ ਹੈ ਤੇ ਤਕਰੀਬਨ 10 ਮੀਟਰ ਉੱਚੀ ਜਾਏਗਾ ਤੋਂ ਡਿੱਗਣ ਦੇ ਕਾਰਨ ਬਹੁਤ ਹੀ ਜ਼ਿਆਦਾ ਉਸ ਤੇ ਜਿਹੜੀਆਂ ਸੱਟਾਂ ਲੱਗੀਆਂ ਤੇ ਫਿਲਹਾਲ ਜਿਹੜਾ ਜੀ ਸੀ ਜਿਹੜੀ ਸਥਿਤੀ ਹੈ ਕਾਫੀ ਸੀਰੀਅਸ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤੇ ਜਿਹੜੀ ਇਸ ਲੜਕੇ ਦੀ ਉਮਰ ਹੈ ਜੀ 16 ਸਾਲ ਦੂਜੇ ਸ਼ਬਦਾਂ ਦੇ ਵਿੱਚ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਲੜਕੇ ਨੇ ਸਪਾਈਡਰਮੈਨ ਬਣਨ ਦੀ ਕੋਸ਼ਿਸ਼ ਕੀਤੀ ਤੇ ਇਸ ਘਟਨਾ ਦੇ ਵਿੱਚ ਉਹ ਗਾਇਲ ਹੋਇਆ ਹੈ ਕਿਉਂਕਿ ਸਪਾਈਡਰਮੈਨ ਇੱਕ ਸੀਰੀਅਲ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਚੱਲਦਾ ਸੀ ਤੁਸੀਂ ਦੇਖਦੇ ਹੋਵੋ ਕਿ ਕਿ ਸਪਾਈਡਰਮੈਨ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਦੇ ਉੱਪਰ ਚੜ੍ਹਦਾ ਸੀ ਤੇ ਇਸ ਲੜਕੇ ਨੇ ਵੀ ਉਝ ਹੀ ਕਰਨ ਦੀ ਕੋਸ਼ਿਸ਼ ਕੀਤੀ ਨੈਕਸਟ ਖਬਰ ਜਿਹੜੀ ਆਪਣੇ ਜਿੱਦੇਪੇ ਪਧਰਨ ਜੀ ਨੇ ਇਹਨਾਂ ਦੀ ਉਮਰ 77 ਸਾਲ ਦੀ ਹੈ। ਤਕਰੀਬਨ ਪਿਛਲੇ ਕਾਫੀ ਸਮੇਂ ਤੋਂ ਇਹ ਜਨਨ ਕਿ ਲੋਪ ਹੋ ਚੁੱਕੇ ਸਨ ਜਿੱਦਾਂ ਕਿ ਗਾਇਬ ਹੋ ਚੁੱਕੇ ਸਨ ਆਪਣੇ ਘਰ ਦੇ ਵਿੱਚੋਂ। ਕੁਝ ਵੀ ਇਹਨਾਂ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਥੇ ਹਨ। ਇੱਥੇ ਜਿਹੜਾ ਜ਼ਿਲ੍ਹਾ ਹੈ ਜਿੱਨਾਂ ਦਾ ਰਿਜੋ ਮਿਲਿਆ ਪੈਂਦਾ ਹੈ ਇਲਾਕਾ ਪੈਂਦਾ ਹੈ ਜੀ ਤਵਾਨੂੰ। ਹੁਣ ਹੋਇਆ ਕਿ ਇਹ ਕਿ ਇਹਦੇ ਵਿੱਚ ਜਿਹੜੀ ਇਹਨਾਂ ਦੀ ਬਾਡੀ ਹੈ ਜੀ ਇੱਕ ਘਰ ਦੇ ਨੇੜੇ ਇੱਕ ਖੂਹ ਸੀ ਉਹਦੇ ਵਿੱਚੋਂ ਜਿਹੜੀ ਇਹਨਾਂ ਦੀ ਡੈੱਡ ਬਾਡੀ ਮਿਲਦੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਜਿਹੜੀ ਪੈਨਸ਼ਨ ਵਗੈਰਾ ਵੀ ਮਿਲਦੀ ਸੀ ਇਸ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜਾ ਖੂਹ ਹੈ ਜੀ ਬਿਲਕੁਲ ਇਹਨਾਂ ਦੇ ਘਰ ਦੇ ਸਾਹਮਣੇ ਪੈਂਦਾ ਸੀ ਬਾਕੀ ਦੀ ਜਿਹੜੀ ਸ਼ੱਕ ਦੇ ਇਲਜ਼ਾਮ ਦੇ ਵਿੱਚ ਜਿਹੜੇ ਘਰ ਦੇ ਤਿੰਨ ਮੈਂਬਰ ਹਨ ਜਿਨ੍ਹਾਂ ਨੂੰ ਕੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਇੱਕ ਤਾਂ ਇਹਨਾਂ ਦਾ ਜਿਹੜਾ ਜੁਵਾਈ ਹੈ ਜੀ ਤੇ ਦੂਸਰੀ ਇਹਨਾਂ ਦੀ ਜਿਹੜੀ ਲੜਕੀ ਹੈ ਤੇ ਨਾਲ ਹੀ ਜਿਹੜੀ ਇਹਨਾਂ ਦੀ ਪਤਨੀ ਹੈ ਜੀ ਇਹਨਾਂ ਨੂੰ ਵੀ ਜਿਹੜਾ ਹੈ ਜੀ ਫਿਲਹਾਲ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਦਿਨਾਂ ਤੋਂ ਪੁੱਛ ਗਏ ਸੀ ਜਿਹੜੀ ਚੱਲ ਰਹੀ ਹੈ ਬਾਕੀ ਵੀਡੀਓ ਦੇ ਲਾਸਟ ਵਿੱਚ ਇੱਕ ਵਾਰ ਤੁਹਾਨੂੰ ਜਿਹੜੇ ਰੇਟ ਵਗੈਰਾ ਹਨ ਯੂਰੋ ਦਾ ਜਿਹੜਾ ਰੇਟ ਹੈ ਉਹ ਦੱਸ ਦਈਏ ਜਿਹੜਾ ਇਟਲੀ ਦੇ ਵਿੱਚ ਚੱਲ ਰਿਹਾ ਇੱਕ ਯੂਰੋ ਦਾ ਰੇਟ 80 ਰੁਪਏ ਤੇ 29 ਪੈਸੇ ਚੱਲ ਰਿਹਾ ਹੈ ਇਹ ਰੇਟ ਜਿਹੜੇ ਹਰ 10 ਮਿੰਟ ਦੇ ਬਾਅਦ ਅਪਡੇਟ ਹੁੰਦੇ ਹਨ ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਨੈਕਸਟ ਵੀਡੀਓ ਲੈ ਕੇ ਫੇਰ ਮਿਲਾਂਗੇ ਜੀ ਵੀਡੀਓ ਦੇਖੀ ਧੰਨਵਾਦ